SYL ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ਦੇ ਤਹਿਤ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਬੈਠ ਕੇ ਇੱਕ ਰਣਨੀਤੀ ਬਣਾਉਣ ਲਈ ਕਿਹਾ ਗਿਆ ਸੀਗਾ ਅਤੇ ਇਹ ਵੀ ਸਾਫ਼ ਸਾਫ਼ ਕਹਿ ਦਿੱਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਕਿ ਅਗਰ ਤਿੰਨੋਂ ਮਿਲ ਕੇ ਕੋਈ ਫੈਸਲਾ ਨਹੀਂ ਕੱਢਦੇ ਹੈ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਆਪਣੇ ਹਿਸਾਬ ਨਾਲ ਜਿਹੜਾ ਫੈਸਲਾ ਉਹ ਲਾਗੂ ਕਰਵਾਏਗਾ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਇੱਕ ਜੁਆਇੰਟ ਮੀਟਿੰਗ ਬੁਲਾਈ ਗਈ ਸੀ ਜਿਹੜੀ ਕਿ ਪੂਰੀ ਤਰੀਕੇ ਨਾਲ ਬੇਨਤੀਜਾ ਨਿਕਲੀ ਸੀਗੀ ਅਤੇ ਅੱਜ ਉਸੀ ਦੀ ਜਿਹੜੀ ਰਿਪੋਰਟ ਹੈ ਉਹ ਅੱਜ ਸੁਪਰੀਮ ਕੋਰਟ ਦੇ ਵਿੱਚ ਤਿੰਨੋਂ ਸਰਕਾਰਾਂ ਪੇਸ਼ ਕਰਨਗੀਆਂ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਪਹਿਲਾਂ ਵੀ ਇਹ ਖਾਸ ਤੌਰ 'ਤੇ ਗਾਈਡਲਾਈਨਸ ਦਿੱਤੀਆਂ ਗਈਆਂ ਸੀਗੀ ਕਿ ਅਗਰ ਤਿੰਨੋਂ ਸਰਕਾਰਾਂ ਬਹਿ ਕੇ ਕੋਈ ਫੈਸਲਾ ਨਹੀਂ ਕਰਦੀ ਤਾਂ ਸੁਪਰੀਮ ਕੋਰਟ ਆਪਣਾ ਪਹਿਲੇ ਵਾਲਾ ਫੈਸਲਾ ਹੀ ਲਾਗੂ ਕਰਵਾਏਗੀ, ਜਿਸ ਦੇ ਤਹਿਤ ਇਹ ਫੈਸਲਾ ਹਰਿਆਣਾ ਦੇ ਪਕਸ਼ ਦੇ ਵਿੱਚ ਸੀਗਾ। ਲੇਕਿਨ ਪੰਜਾਬ ਸਰਕਾਰ ਪਹਿਲਾਂ ਵੀ ਇਹ ਤਰਕ ਦੇ ਚੁੱਕੀ ਕਿ ਪੰਜਾਬ ਕੋਲ ਇੱਕ ਬੂੰਦ ਵੀ ਜਿਹੜਾ ਪਾਣੀ ਦੇਣ ਲਈ ਨਹੀਂ ਹੈ ਅਤੇ ਅੱਜ ਦੇਖਣਾ ਹੋਏਗਾ ਕਿ ਅੱਜ ਦੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਕਿਸ ਸਿੱਕੇ ਦਾ ਫੈਸਲਾ ਲੈਂਦੀ ਹੈ ਕਿ ਹਰਿਆਣਾ ਦੇ ਪਕਸ਼ ਦੇ ਵਿੱਚ ਇਹ ਫੈਸਲਾ ਸੁਣਾਇਆ ਜਾਂਦਾ ਹੈ ਜਾਂ ਕੁਛ ਨਵਾਂ ਤਰਕ ਜਿਹੜਾ ਪੰਜਾਬ ਸਰਕਾਰ ਵੱਲੋਂ ਅੱਜ ਰੱਖਿਆ ਜਾਂਦਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। Hello everyone, my name is Devya Sethi. I am from Fagwada और मैं 25 साल की हूँ। One of my friend from Jalandhar, उन्होंने मुझे body fat के बारे में बताया। सिर्फ 3 महीने यहाँ पे spend करने के बाद मैंने total weight loss यहाँ पे 16 kg किया है और मेरा inch loss भी 70+ किया है। I would like to say, please come here for a healthy weight loss and you will see the results. Thank you so much. ਸਜਣਾ।